ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ 10ਵੀਂ ਜਮਾਤ ਦੀ ਪੰਜਾਬੀ ਪੁਸਤਕ ਸਾਹਿਤਮਾਲਾ ਦੇ ਗੁਰਮਤਕ ਕਾਵਿਚ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਲਿਖੀਆਂ ਗਈਆਂ ਤੁਕਾਂ ਕਿਰਪਾ ਕਰਕੇ ਬਖਸ਼ਿਸ਼ ਲੇਹ ਦਾ ਪ੍ਰਸੰਗ ਸਹਿਤ ਵਿਆਖਿਆ ਅਤੇ ਕੇਂਦਰੀ ਭਾਵ ਕਰਾਂਗੇ ਅਸੀਂ ਖਤ ਅਸੀਂ ਖਤ ਬਹੁਤ ਕਮਾਬ ਦੇ ਅੰਤ ਨਾ ਪਾਰਾ ਵਾਰ ਹਰੀ ਕਿਰਪਾ ਕਰਕੇ ਬਖਸ਼ਿਸ਼ ਲਹਿ ਹਉ ਪਾਪੀ ਬੜਾ ਗੁਨਾਹਗਾਰ ਹਰ ਜੀਏ ਲੇਖੇ ਬਾਰਨਾ ਆਬਈ ਤੂ ਬਖਸ਼ਿਸ਼ ਮਿਲਣ ਹਾਰ ਮਿਲਾਵਣ ਹਾਰ ਅਰਥਾ ਬਲੀ ਖਤੇ ਪੁੱਲਾ ਪਾਪ ਲੇਖੇ ਬਾਰਨਾ ਆਬਈ ਲੇਖਾਂ ਕੀਤੇ ਆ ਪੂਰੇ ਨਹੀਂ ਪੈ ਸਕਦੀ ਹੁਣ ਬੱਚਿਓ ਆਪਾਂ ਇਸ ਦੀ ਪ੍ਰਸੰਗ ਸਹਿਤ ਵਿਆਖਿਆ ਕਰਦੇ ਹਾਂ ਇਹ ਕਾਵ ਟੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਲੋਕ 12 ਦੇ ਵਧਿਕ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਕਿਰਪਾ ਕਰਕੇ ਬਖਸ਼ਿਸ਼ ਲਿਖੇ ਸਰਲੇਖ ਹੇਠ ਦਰਜ ਹੈ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਰ ਦੱਸਦਿਆਂ ਹੋਇਆਂ ਪ੍ਰਭੂ ਨੂੰ ਆਪਣੀ ਮਿਹਰ ਬਖਸ਼ਿਸ਼ ਦੇਣ ਦੀ ਬਖਸ਼ ਬਖਸ਼ ਦੇਣ ਦੀ ਬੇਨਤੀ ਕੀਤੀ ਹੈ ਵਿਆਖਿਆ ਗੁਰੂ ਜੀ ਪ੍ਰਭੂ ਅੱਗੇ ਅਰਜ਼ੋਈ ਕਰਦੇ ਹਨ ਕਿ ਅਸੀਂ ਬਹੁਤ ਭੁੱਲਾਂ ਕਰਦੇ ਹਾਂ ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੋ ਸਕਦਾ ਸਾਡੀਆਂ ਭੁੱਲਾਂ ਦਾ ਊਰਲਾ ਪਰਲਾ ਬੰਨਣਾ ਨਹੀਂ ਲੱਭਦਾ हे ਪ੍ਰਭੂ ਤੂੰ ਮਿਹਰ ਕਰਕੇ ਆਪ ਹੀ ਸਾਨੂੰ ਬਖਸ਼ ਲੈ ਅਸੀਂ ਪਾਪੀ ਤੇ ਗੁਨਾਹਗਰ ਹਾਂ ਸਾਡੇ ਕੀਤੇ ਕਰਮਾਂ ਦੇ ਲੇਖੇ ਦੇ ਰਾਹੀ ਤਾਂ ਬਖਸ਼ਿਸ਼ ਹਾਸਲ ਕਰਨ ਦੀ ਸਾਡੀ ਵਾਰੀ ਹੀ ਨਹੀਂ ਆ ਸਕਦੀ ਤੂੰ ਸਾਡੀਆਂ ਭੁੱਲਾਂ ਬਖਸ਼ ਕੇ ਸਾਨੂੰ ਆਪਣੇ ਚਰਨਾਂ ਵਿੱਚ ਮਿਲਾਉਣ ਦੀ ਸਮਰੱਥਾ ਰੱਖਦਾ ਹੈ ਤਨ 17 ਵਿੱਚ ਜਿਹੜੇ ਗੁਰੂ ਅਮਰਦਾਸ ਜੀ ਨੇ ਉਹ ਕਹਿ ਰਹੇ ਨੇ ਕਿ ਇਨਸਾਨ ਜਿਹੜਾ ਬਹੁਤ ਸਾਰੀਆਂ ਭੁੱਲਾਂ ਕਰਦਾ ਹੈ ਤੇ ਉਹ ਪਰਮਾਤਮਾ ਨੂੰ ਬੇਨਤੀ ਕਰਦੇ ਨੇ ਕਿ ਉਸ ਨੂੰ ਆਪਣੀ ਸ਼ਰਨ ਵਿੱਚ ਲੈ ਲੈਣ ਤੇ ਹੁਣ ਆਪਾਂ ਦੂਜਾ ਪੈਰਾ ਪੜ੍ਹਦੇ ਹਾਂ ਗੁਰਤ ਉਠੈ ਹਰ ਪ੍ਰਭੂ ਮੇਲਿਆ ਸਭ ਕਿਲਬਿਖ ਕਟ ਬਿਕਾਰ ਜਿਨ੍ਹਾਂ ਹਰ ਹਰ ਨਾਮ ਤੇ ਆਇਆ ਜਨ ਨਾਨਕ ਤਹ ਤਹ ਜੇਕਾਰ ਔਖੇ ਸ਼ਬਦਾਂ ਦੇ ਅਰਥ ਗੁਰੁ ਟੁੱਠੈ ਕਿਰਪਾਲ ਹੋ ਕੇ ਕਿਲ ਵਿਖ ਪਾਪ ਪ੍ਰਸੰਗ ਸਾਹਿਬ ਦੇ ਵਿੱਚ ਇਹ ਕਾਪਡੋਟਾ ਗੁਰੂ ਅਮਰਦਾਸ ਜੀ ਦੀ ਬਾਣੀ ਸ਼ਰਲੋਕ 12 ਦੇ ਬਧੀ ਇੱਕ ਵਿੱਚੋਂ ਲਿਆ ਗਿਆ ਹੈ ਅਤੇ ਇਹ ਸਾਹਿਤ ਮਾਲਾ ਪੁਸਤਕ ਵਿੱਚ ਦਰਜ ਕਿਰਪਾ ਕਰਕੇ ਬਖਸ਼ਿਸ਼ ਲਹਿ ਸਰਲੇਖ ਹੇਠ ਦਰਜ ਹੈ ਇਹ ਇਸ ਸ਼ਲੋਕ ਵਿੱਚ ਗੁਰੂ ਜੀ ਨੇ ਜੀਵ ਨੂੰ ਭਾਰੀ ਗੁਨਾਹਗਾਰ ਦੱਸਦਿਆਂ ਹੋਇਆ ਪ੍ਰਭੂ ਨੂੰ ਆਪਣੀ ਮਿਹਰ ਬਖਸ਼ ਦੇਣ ਦੀ ਬੇਨਤੀ ਕੀਤੀ ਹੈ ਵਿਆਖਿਆ ਗੁਰੂ ਜੀ ਅਰਜ਼ੋਈ ਕਰਦੇ ਹਨ ਕਿ ਅਸੀਂ ਜੀਵ ਬਹੁਤ ਭੁੱਲਾਂ ਕਰਦੇ ਹਾਂ ਕਰਦੇ ਰਹਿੰਦੇ ਹਾਂ ਸਾਡੀਆਂ ਭੁੱਲਾਂ ਦਾ ਅੰਤ ਨਹੀਂ ਹੋ ਸਕਦਾ ਉਹ ਪ੍ਰਭੂ ਮਿਹਰ ਕਰਕੇ ਸਾਨੂੰ ਬਖਸ਼ ਸਕਦਾ ਹੈ हे ਪ੍ਰਭੂ ਤੂੰ ਮਿਹਰ ਕਰਕੇ ਆਪ ਹੀ ਸਾਨੂੰ ਬਖਸ਼ ਲੈ ਜਿਸ ਜੀਵ ਉੱਤੇ ਗੁਰੂ ਦੀ ਮਿਹਰ ਹੋ ਗਈ ਹੈ ਉਹ ਉਸ ਦੇ ਅੰਦਰੋਂ ਸਾਰੇ ਪਾਪ ਤੇ ਵਿਕਾਰ ਘੱਟ ਕੇ ਉਸ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ ਜਿੰਨਾ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੀਆਂ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਤੇ ਉਹ ਤੇ ਉਹਨਾਂ ਨੂੰ ਲੋਕ ਪ੍ਰਲੋਕ ਵਿੱਚ ਇੰਜ ਮਿਲਦੀ ਹੈ ਕੇਂਦਰੀ ਭਾਵ ਕਿਰਪਾ ਕਰਕੇ ਬਖਸ਼ਿਸ਼ ਲੈ ਜੀਵਾਂ ਬਹੁਤ ਭੁੱਲਾਂ ਤੇ ਗੁਨਾਹ ਕਰਨ ਵਾਲਾ ਹੈ ਜੀਵ ਬਹੁਤ ਭੁੱਲਾਂ ਤੇ ਗੁਨਾਹ ਕਰਨ ਵਾਲਾ ਹੈ ਜਿਨ੍ਹਾਂ ਨੇ ਪ੍ਰਭੂ ਕਿਰਪਾ ਕਰਕੇ ਹੀ ਉਸ ਨੂੰ ਬਖਸ਼ ਸਕਦਾ ਹੈ ਤੇ ਪ੍ਰਭੂ ਨਾਲ ਮਿਲਾਪ ਉਹਨਾਂ ਦਾ ਹੁੰਦਾ ਹੈ ਜਿਹੜੇ ਉਸ ਦਾ ਨਾਮ ਧਿਆਕੇ ਸਾਰੇ ਪਾਪ ਤੇ ਵਿਕਾਰ ਕੱਟਣ ਵਾਲੇ ਗੁਰੂ ਦੀ ਕਿਰਪਾ ਦੇ ਪਾਤਰ ਬਣਦੇ ਹਨ ਦੱਸਦਾ ਜਿਹੜਾ ਕੇਂਦਰੀ ਭਾਵ ਹੈ ਉਹ ਹੈ ਇਹ ਹੈ ਕਿ ਜਿਹੜਾ ਜੀਵ ਹੈ ਉਹ ਬਹੁਤ ਸਾਰੀਆਂ ਭੁੱਲਾਂ ਕਰਨ ਵਾਲਾ ਹੈ ਠੀਕ ਹੈ ਤੇ ਪ੍ਰਭੂ ਨਾਲ ਮਿਲਾਪ ਉਸ ਇਨਸਾਨ ਦਾ ਹੁੰਦਾ ਹੈ ਜਿਹੜੀਆਂ ਆਪਣਾ ਭੁੱਲਾਂ ਦੀ ਭੁੱਲਾਂ ਤੇ ਬਾਪ ਨੂੰ ਕੱਟਣ ਲਈ ਗੁਰੂ ਦਾ ਨਾਮ ਧਿਆਉਂਦਾ ਹੈ। ਧੰਨਵਾਦ।